ਗੱਡੀ 'ਤੇ ਇੱਕ ਵਾਰ ਨਿਗਾਹ ਮਰਵਾਉਣ ਵਾਸਤੇ ਬਾਹਰ ਖੜ੍ਹਾ ਵੀ ਤੁਹਾਡੀ ਨਿਗਾਹ ਮਰਵਾ ਦਾਂ ਗੱਡੀ ਕਿਹੋ ਜਿਹੀ ਹੈ। ਕਲਰ ਵੀ ਬੜਾ ਪੰਬ ਹੈ ਯਾਰ। ਆ ਕੇ ਦੱਸੂਗਾ ਆਪਣੇ ਇਹਦੇ ਬਾਰੇ। ਇਹਦੇ ਕੋਲ ਵੀ ਸੇਮ ਇਹੀ ਮਾਡਲ ਸੀਗਾ। ਕਿਵੇਂ ਲੱਗਿਆ? ਹਾਂਜੀ ਦੋਸਤੋ, ਜ਼ਿੰਦਗੀ ਦੀਆਂ ਖੇਡਾਂ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਅਤੇ ਅੱਜ ਆਪਾਂ ਹਾਰਲੇ ਦਾ ਪਹਿਲਾ ਗੇੜਾ ਲਾਉਣ ਲੱਗਿਆਂਗੇ, ਕਿਉਂਕਿ ਕੱਲ੍ਹ ਰਾਤ ਆਪਾਂ ਖਰੀਦ ਕੇ ਲੈ ਕੇ ਆਏ ਸੀਗੇ। ਗੇੜਾ ਤਾਂ ਲਾਇਆ ਸੀ ਪਰ ਦਿਨ ਦੇ ਵਿੱਚ ਨਹੀਂ, ਤੁਹਾਨੂੰ ਦਿਖਾਇਆ ਸੀਗਾ। ਅਤੇ ਡੇ ਟਾਈਮ ਦੇ ਵਿੱਚ ਤੁਹਾਨੂੰ ਵੀ ਦਿਖਾਉਂਦੇ ਹਾਂ। ਅਤੇ ਰਣਵੀਰ ਨਾਲ ਗੇੜਾ ਲਾ ਕੇ ਆਉਂਦੇ ਹੈਗੇ, ਰਾਈਡ 'ਤੇ ਜਾ ਰਹੇ ਹਾਂ ਰਣਵੀਰ ਨਾਲ। ਅਤੇ ਇੱਕ ਗੱਲ ਹੋਰ ਤੁਹਾਨੂੰ ਦੱਸਣੀ ਹੈ, ਆਪਣਾ ਭਰਾ ਮਾਵੀ ਚਾਚੂ, ਹਾਂ, ਅਤੇ ਮਾਵੀ ਇਹ ਬੜਾ ਫੈਨ ਹੈ ਯਾਰ ਮੈਂ ਮਾਵੀ ਦਾ। ਅਤੇ ਮਾਵੀ ਦਾ ਅੱਜ ਫੋਨ ਵੀ ਆਇਆ ਸੀਗਾ, ਅਤੇ ਜਦੋਂ ਮੈਂ ਹਾਰਲੇ ਲੈਣਾ ਸੀਗਾ ਆਪਣਾ ਭਰਾ ਹੈ, ਛੋਟਾ ਭਰਾ ਹੈ ਆਪਣਾ ਮਾਵੀ, ਅਤੇ ਆਪਣਾ ਮਾਵੀ ਨੂੰ ਜਦੋਂ ਇਹਨੂੰ ਮੈਂ ਇਹ ਹਾਰਲੇ ਲੈਣਾ ਸੀਗਾ, ਅਤੇ ਉਦੋਂ ਵੀ ਮੈਂ ਉਹਨੂੰ ਸਲਾਹ ਲਈ ਸੀ ਉਹਦੀ ਵੀ ਆਹ ਮਾਡਲ ਆ, ਇਹ ਹੈ ਵੀ ਇਹ ਕੰਡੀਸ਼ਨ ਹੈ ਉਹਦੀ, ਕਿਵੇਂ ਕਰਨਾ ਚਾਹੀਦਾ। ਕਹਿੰਦਾ ਚੱਕ ਲੈ ਵੀਰੇ ਜਲਦੀ। ਅਤੇ ਹੁਣ ਅੱਜ ਫਿਰ ਮਾਵੀ ਦਾ ਫੋਨ ਆਇਆ, ਕਹਿੰਦਾ ਫੋਟੋ ਜੀ ਦਿਖਾਈ ਜਾਏਗਾ। ਅਤੇ ਮੈਂ ਕਿਹਾ ਚੱਲ ਦੱਸ ਕਿੱਥੇ ਹੈਗਾ। ਅਤੇ ਉਹ ਮਾਵੀ ਦੇ ਘਰੇ ਚੱਲਦੇ ਹਾਂ ਆਪਾਂ, ਅਤੇ ਮਾਵੀ ਨਾਲ ਵੀ ਮਿਲਦੇ ਹਾਂ ਆਪਾਂ, ਅਤੇ ਉਹਨੂੰ ਹਾਰਲੇ ਬਾਰੇ ਆਪਾਂ ਵੀ ਆਪਣੇ ਹਾਰਲੇ ਬਾਰੇ ਜਾਣਕਾਰੀ ਉਹ ਤੋਂ ਇਕੱਠੀ ਕਰਾਂਗੇ, ਕਿਉਂਕਿ ਉਹਦੇ ਕੋਲ ਪਹਿਲਾਂ ਵੀ ਮੋਟਰਸਾਈਕਲ ਹੈਗਾ, ਹਾਰਲੇ ਹੈਗਾ, ਮਸਟੈਂਗ ਹੈ ਉਹਦੇ ਕੋਲ, ਅਤੇ ਉਹਨੂੰ ਨਾ ਇਹ ਚੀਜ਼ਾਂ ਬਾਰੇ ਜ਼ਿਆਦਾ ਜਾਣਕਾਰੀ ਹੈ। ਅਤੇ ਆਪਾਂ ਵੀ ਗੱਲਾਂ ਬਾਤਾਂ ਕਰਾਂਗੇ, ਅਤੇ ਰਾਈਡ 'ਤੇ ਚੱਲਦੇ ਹਾਂ ਰਣਵੀਰ ਸਿੰਘ ਨਾਲ, ਕਰਦੇ ਹਾਂ ਵਲੋਗ ਸਾਂਝਾ। ਜਿਨ੍ਹਾਂ ਨੇ ਹਾਲੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਕੀਤਾ, ਚੈਨਲ ਸਬਸਕ੍ਰਾਈਬ ਕਰ ਦਿਓ ਬਾਈ। ਅਤੇ ਇੱਕ ਵਾਰ ਹਾਰਲੇ 'ਤੇ ਨਿਗਾਹ ਮਾਰ ਲਓ ਬਾਈ, ਹਾਰਲੇ ਆਇਰਨ 883 ਇਹ ਮਾਡਲ ਹੈਗਾ, ਅਤੇ 2018 ਮਾਡਲ ਹੈਗਾ। ਅਤੇ ਬਾਕੀ ਇਹਦੇ ਬਾਰੇ ਚੱਲਿਆ ਸਾਰਾ ਬਹੁਤ ਘੱਟ ਹੋਇਆ ਹੈਗਾ, ਸਾਰਾ 9600 ਚੱਲਿਆ ਹੋਇਆ ਸੀ ਜਦੋਂ ਆਪਣੇ ਖਰੀਦਿਆ, ਇਹ 9600 ਚੱਲਿਆ ਹੋਇਆ ਹੈਗਾ। ਅਤੇ ਬਾਕੀ ਅੱਜ ਇਹਦੀ ਰਾਈਡ ਤੋਂ ਬਾਅਦ ਆਪਾਂ ਨੂੰ ਪਤਾ ਲੱਗਣਾ ਹੈਗਾ ਵੀ ਚੱਲਦਾ ਕਿਵੇਂ ਹੈਗਾ। ਰਣਵੀਰ ਤੋਂ ਪੁੱਛਾਂਗੇ, ਅਤੇ ਜਿਹੜੀਆਂ ਹੋਰ ਗੱਲਾਂ ਬਾਤਾਂ ਨੇਗੀਆਂ ਇਹਦੇ ਬਾਰੇ, ਹੋਰ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਨਾਲ। ਅਤੇ ਆਪਾਂ ਇਹਨੂੰ ਦੱਬਦੇ ਹਾਂ, ਪਹਿਲਾਂ ਉਰੀ ਸਟਾਰਟ ਕਰਕੇ ਦਿਖਾਦਾ ਤੁਹਾਨੂੰ ਮੈਂ ਇੱਕ ਵਾਰ, ਆਵਾਜ਼ ਸੁਣਾ ਦਾ ਇੱਕ ਵਾਰ ਇਹਦੀ ਮੈਂ ਤੁਹਾਨੂੰ। ਆਹ ਦੇਖੋ, ਨਹੀਂ ਰੇਸ ਨਹੀਂ ਰਣਵੀਰ, ਹਲਕੀ ਜਿਹੀ ਨਹੀਂ। ਤੇ ਚਲੋ ਜੀ ਚੱਲੀਏ। ਮਾਵੀ ਲੈ ਕੇ ਗਿਆ ਹੈਗਾ, ਆ ਕੇ ਦੱਸੂਗਾ ਆਪਣੇ ਇਹਦੇ ਬਾਰੇ। ਇਹਦੇ ਕੋਲ ਵੀ ਸੇਮ ਇਹੀ ਮਾਡਲ ਸੀਗਾ, ਅਤੇ ਆ ਕੇ ਇਹਦੇ ਬਾਰੇ ਆਪਾਂ ਨੂੰ ਜਾਣਕਾਰੀ ਦਊਗਾ। ਇੱਕ ਵਾਰ ਇਹਨੂੰ ਗੇੜਾ ਲਾਇਆ ਦੋ, ਅਤੇ ਆਪਾਂ ਨੂੰ ਵੀ ਪਤਾ ਲੱਗ ਜੂਗਾ ਵੀ ਆਪਣੀ ਜਿਹੜੀ ਮਸ਼ੀਨ ਆਪਾਂ ਨੇ ਖਰੀਦੀ ਹੈ ਵੀ ਇਹਦੇ ਵਿੱਚ ਕੀ ਘਾਟਾਂ ਨੇ, ਕੀ ਵਾਧਾ ਨੇ, ਉਹ ਸਾਰਾ ਕੁਝ ਪਤਾ ਲੱਗ ਜੂਗਾ। ਅਤੇ ਰਣਵੀਰ ਸਿੰਘ ਮਾਵੀ ਨੂੰ ਮਿਲ ਕੇ ਕਿਵੇਂ ਲੱਗਿਆ? ਵਧੀਆ ਹੈ, ਉਹ ਦੇਖ ਆਵਾਜ਼ ਉਰੇ ਤੱਕ ਆ ਰਹੀ ਹੈ।
ਕਿਵੇਂ ਲੱਗਿਆ? ਬਹੁਤ ਵਧੀਆ। ਸਾਫ ਪਿਆ ਜਮਾ ਸਾਫ ਪਿਆ। ਸਾਫ ਪਿਆ ਜਮਾ। ਉੱਤਰ ਨੋ। ਬਹੁਤ ਟਾਈਮ ਹੋ ਗਿਆ ਬਾਈਕ ਚਲਾਇਆ। ਕਿਵੇਂ ਲੱਗਿਆ ਵੈਸੇ? ਮੈਨੂੰ ਨਾ ਇਹਦਾ ਮਾਵੀਆ ਲੱਗ ਰਿਹਾ ਸੀ ਜਿਹੜੇ ਗੇਅਰ ਨੇ ਨਾ, ਮੈਨੂੰ ਐ ਲੱਗ ਰਿਹਾ ਸੀ ਥੋੜਾ ਜਿਹਾ ਤਾਂ ਆਵਾਜ਼ ਬਹੁਤ ਕਰਦਾ ਇਹਦਾ ਖਰਾਬ ਹੈ। ਨਾ ਜਦੋਂ ਪਹਿਲਾ ਗੇਅਰ ਪਾਉਣ ਕਿਵੇਂ ਕਰਦਾ ਸਾਰਾ ਮੋਟਰ ਨਾ ਆ ਜਾਂਦਾ। ਉਹ ਚੀਜ਼ ਹੈ। ਇਹਦਾ ਤੁਸੀਂ ਸਟਾਰਟ ਕਰੋ ਆ ਦੇਖੋ ਸਰ, ਇੱਧਰ ਖੜੋ ਸੁਣੋ ਨਹੀਂ ਇੱਕ ਮਿੰਟ, ਇੱਥੇ ਖੜੋ ਸਾਹਮਣੇ ਖੜੋ, ਇੱਥੇ ਖੜੋ, ਇੱਥੇ ਖੜੋ ਤੇ ਸਟਾਰਟ ਹੋਊਗਾ ਇਹਦਾ ਇੰਜਣ ਦੇਖੋ। ਹਿੱਲ ਉਹਦਾ ਲੈ ਮੈਂ ਵੀ ਇਹਦੇ ਬੂਟ ਪਾੜ ਦੇ ਖਰਾਬ ਨੇ ਨਾ। ਇਹ ਟਿੱਲਾ ਤਾਂ ਹੀ ਛੱਡਿਆ ਹੁੰਦਾ ਇਹ ਚਾਸੀ ਤੇ ਧੜਕਣ ਦਾ। ਅੱਛਾ ਠੀਕ ਹੈ ਠੀਕ ਹੈ। ਤੇ ਆ ਲਓ ਜੀ ਹੁਣ ਮਾਵੀ ਦੀ ਮਸਟੈਂਗ ਦਿਖਾਉਣੇ ਤੁਹਾਨੂੰ, ਤੇ ਟੇਪ ਬਾਅਦ ਚੋਂ ਕਰਵਾਈਏ ਨਾ ਆਪਣੇ। ਆਓ ਬੈਠ। ਚਾਬੀ ਅਸੀਂ ਤਾਂ ਰੱਖਦੇ ਆ। ਚਲੋ ਜੀ ਇੱਕ ਵਧੀਆ ਰਾਈਡ 'ਤੇ ਜਾ ਕੇ ਆਏਗੇ ਮਾਵੀ ਨਾਲ ਅਤੇ ਬਾਕੀ ਰਣਵੀਰ ਸਿੰਘ ਵੱਲ ਚੱਲਦੇ ਹਾਂਗੇ। ਗੱਡੀ 'ਤੇ ਇੱਕ ਵਾਰ ਨਿਗਾਹ ਮਰਵਾਉਣ ਵਾਸਤੇ ਬਾਹਰ ਖੜ੍ਹਾ ਵੀ ਤੁਹਾਡੀ ਨਿਗਾਹ ਮਰਵਾ ਦਾਂ ਗੱਡੀ ਕਿਹੋ ਜੀ ਹੈ। ਕਲਰ ਵੀ ਬੜਾ ਪੰਬ ਹੈ ਯਾਰ। ਝੂਟੀ ਲੈਣੀ ਸੀ ਰਣਵੀਰ ਨੇ ਤੇ ਮੇਨ ਉਹਦੇ ਝੂਟੀ ਵੀ ਦਵਾਤੀ ਤੇ ਹੁਣ ਚੱਲਦੇ ਆ ਅੱਗੇ ਗੱਲਾਂ ਬਾਤਾਂ ਸਾਂਝੀਆਂ ਕਰਦੇ ਆ। ਬਾਕੀ ਮੇਨ ਤਾਂ ਮੈਂ ਬਾਈਕ ਬਾਰੇ ਪੁੱਛਣਾ ਸੀਗਾ, ਉਹਨੇ ਟਰਾਈ ਲਈ ਤੇ ਸਾਰਾ ਕੁਝ ਉਹ ਕਹਿੰਦਾ ਓਕੇ ਹੈਗਾ ਅਤੇ ਮੈਨੂੰ ਮੇਨ ਮੇਨ ਚੀਜ਼ਾਂ ਉਹਨੂੰ ਜੋ ਮੈਨੇ ਮੈਂ ਸਲਾਹ ਲੈਣੀ ਸੀ ਉਹ ਦਿਖਾਤਾ ਸਾਰਾ। ਬਾਕੀ ਟਰਾਈ ਕੀਤੀ, ਖੁਸ਼ ਹੋਇਆ ਮੁੰਡਾ ਅਤੇ ਰਣਵੀਰ ਸਿੰਘ ਵੀ ਖੁਸ਼ ਹੋ ਗਿਆ ਮਸਟੈਂਗ 'ਚ ਬੈਠ ਕੇ। ਕਿਉਂ ਰਣਵੀਰ ਸਿੰਘ ਕਹਿਣ ਲੱਗਿਆ ਮਸਟੈਂਗ 'ਚ ਬੈਠ ਕੇ? ਪੂਰੀ ਅਤੇ ਰਣਵੀਰ ਸਿੰਘ ਵੀ ਖੁਸ਼ ਹੋਇਆ। ਅਤੇ ਚਲੋ ਹੁਣ ਆਪਾਂ ਚੱਲਦੇ ਹਾਂ ਅੱਗੇ, ਚੱਲਦੇ ਗੱਲਾਂ ਬਾਤਾਂ ਹੋਰ ਸਾਂਝੀਆਂ ਕਰਦੇ ਹਾਂ ਤੁਹਾਡੇ ਨਾਲ। ਚੈਨਲ ਸਬਸਕ੍ਰਾਈਬ ਕਰ ਦਿਓ ਯਾਰ ਜਿਨ੍ਹਾਂ ਨੇ ਹਾਲੇ ਤੱਕ ਨਹੀਂ ਕੀਤਾ। ਅਤੇ ਹਾਂਜੀ ਵੀਰੇ ਹੁਣ ਗੁਰਦੁਆਰਾ ਸਾਹਿਬ ਸਾਰੇ ਫੈਮਿਲੀ ਵਾਲੇ ਨਾਲੇ ਹਾਰਲੇ ਵੀ ਲੈ ਕੇ ਆਏ ਗੱਡੀ 'ਤੇ ਆਏਗੇ ਅਤੇ ਮੱਥਾ ਟੇਕਣ ਆਏ ਸੀ ਬਾਈ ਗੁਰਦੁਆਰਾ ਸਾਹਿਬ। ਗੁਰਦੁਆਰਾ ਸਾਹਿਬ ਮੱਥਾ ਟੇਕ ਲਿਆ ਅਤੇ ਆਹ ਬੰਦਾ ਸ਼ਰਾਰਤਾਂ ਹੀ ਕਰ ਰਿਹਾ ਉਹਦੇ ਨਾਲ ਲਗਾਤਾਰ। ਆ ਜਾ ਭੁੱਜ, ਪਹਿਲਾਂ ਘਰੇ ਰੋਇਆ ਕਹਿੰਦਾ ਮੈਂ ਬੈਠੂ ਅੱਗੇ, ਹੁਣ ਹਾਰਲੇ ਦੇ ਮੂਹਰੇ ਬੈਠਿਆ ਨਹੀਂ ਜਾਂਦਾ ਹੈ ਨਾ, ਅੱਗੇ ਤਾਂ ਨਹੀਂ ਬੈਠਿਆ ਜਾਂਦਾ, ਫਿਰ ਪਿੱਛੇ ਇਹਨੂੰ ਬਿਠਾ ਨਹੀਂ ਸਕਦੇ ਹੈਗੇ ਹਾਲੇ ਛੋਟਾ ਹੈਗਾ, ਪਰ ਥੋੜ੍ਹਾ ਗਲੀ 'ਚ ਗੇੜਾ ਦਿੱਤਾ ਸੀ ਇਹਨੂੰ ਬਿਠਾ ਕੇ।
ਫੋਟੋ ਸ਼ੂਟ ਕਰਦਾ ਰਿਹਾ ਫੋਟੋ ਸ਼ੂਟ ਦੇਖੋ ਡਰਾਮੇ ਕਰਦਾ ਦੇਖੋ ਨੂੰ ਜਾਣ ਕੇ ਮੂੰਹ ਬਣਾ ਜਾਂਦਾ ਵੀ ਫੋਟੋ ਨਾ ਵਧੀਆ ਵੀ ਹੁਣ ਗਿਨੀ ਦੀ ਵਾਰੀ ਹੈ ਤੇ ਆ ਜਿੰਨੇ ਵੀ ਸਟਿੱਕਰ ਦੇਣਗੇ ਜਦੋਂ ਵੀ ਹਲੇ ਥੋੜੇ ਦਿਨਾਂ ਤੱਕ ਆਪਾਂ ਇਹਨੂੰ ਕਰਾਂਗੇ ਹਲੇ ਜਿਵੇਂ ਦਾ ਹੈਗਾ ਉਵੇਂ ਚਲਾ ਰਹੇਗੇ ਇਹਨੂੰ ਹਲੇ ਜ਼ਿਆਦਾ ਹੋਰ ਛੇੜਖਾਨੀ ਨਹੀਂ ਕਰਨੀ ਤੇ ਬਾਕੀ ਸਾਰਾ ਕੁਝ ਚੱਲ ਚੱਲ ਆਦਮ ਉਰੀ ਬੈਠਣਾ ਤੂੰ ਦੂਗੇ ਕੀ ਦੱਸਣਾ ਦੱਸ ਸਟਾਰਟ ਹੁੰਦਾ ਕਰ ਦੇ ਇਹ ਤੋਂ ਇੰਡੀਕੇਟਰ ਚੱਲ ਪਏ ਬਸ ਆ ਜਾ ਗੱਡੀ 'ਚ ਬੈਠ ਜਾ ਯਾਰ ਚਲੋ ਅਤੇ ਰਣਵੀਰ ਅਤੇ ਉਹਦਾ ਚਾਚੂ ਬੈਠ ਗਏ ਜੀ ਬਸ ਪੰਜ ਚਾਰ ਸਾਲ ਨੂੰ ਇਹ ਚਲਾਓ ਤੂੰ ਪਿੱਛੇ ਬੈਠੇਗਾ ਚੱਲ ਚੰਡੀਗੜ੍ਹ ਮੋਹਾਲੀ ਚੱਲੇ ਬਸ ਜਿੰਨੀ ਉਹਦੇ ਵੀ ਲੰਘੇ ਮੈਨੂੰ ਲੱਗਦਾ ਇੱਕ ਦੋ ਦਿਨ ਮੁੜਦੇ ਨੀ ਹੋਣੇ ਤੇ ਹਾਂਜੀ ਵੀਰੇ ਹਾਰਲੇ ਲਗਭਗ ਕੱਲ੍ਹ ਦਾ ਜਦੋਂ ਦਾ ਖਰੀਦ ਕੇ ਲੈ ਕੇ ਆਏਗੇ 200 ਕਿਲੋਮੀਟਰ ਚਲਾ ਦਿੱਤਾ ਹੈਗਾ ਅਤੇ ਅੱਜ ਵੀ ਹੁਣ ਗਿੰਨੀ ਤਾਂ ਮੋਹਾਲੀ ਚਲਿਆ ਗਿਆ ਅਤੇ ਮੈਂ ਉਰੇ ਰਾਈਡ 'ਤੇ ਸੀਗਾ ਪਹਿਲਾਂ ਤਾਂ ਸ਼ਹਿਰ ਦੇ ਉੱਪਰ ਬਾਈਪਾਸ ਸੀ ਸਾਡੇ ਸੰਗਰੂਰ ਦੇ ਉੱਪਰ ਦੀ ਗੇੜੇ ਦੇ 'ਤੇ ਫੁੱਲ ਚਲਾ ਰਹੇ ਹੈਗੇ ਅਤੇ ਉਸ ਤੋਂ ਬਾਅਦ ਜਿੰਨੇ ਦੋਸਤਾਂ ਨੂੰ ਮੈਂ ਅੱਜ ਮਿਲ ਸਕਦਾ ਸੀਗਾ ਉਹਨਾਂ ਨੂੰ ਮਿਲਿਆ ਹੈਗਾ ਅਤੇ ਬਾਕੀ ਇਹਦੇ 'ਤੇ ਚੰਗੀ ਤਰ੍ਹਾਂ ਹੱਥ ਖੋਲਣ ਦੀ ਕੋਸ਼ਿਸ਼ ਕਰ ਰਹੇ ਹਾਂ ਬਾਈ ਅਤੇ ਕੱਲ੍ਹ ਨੂੰ ਮੇਰੀ ਕੋਸ਼ਿਸ਼ ਹੈ ਵੀ ਮੈਂ ਇਹਦੇ ਜਿਹੜੇ ਹੋਰ ਹੈਲਮੇਟ ਵਗੈਰਾ ਜੈਕਟਾਂ ਵਗੈਰਾ ਉਹ ਸਾਰੀਆਂ ਚੀਜ਼ਾਂ ਬਾਰੇ ਇਹਦੇ ਬਾਰੇ ਪਤਾ ਕਰੀਏ ਅਤੇ ਬਾਕੀ ਤੁਹਾਡਾ ਫਿਰ ਮੈਂ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹੈ ਨਾ ਵੀ ਤੁਸੀਂ ਯੂਟਿਊਬ 'ਤੇ ਮੈਨੂੰ ਇੰਨੀ ਸਪੋਰਟ ਕੀਤੀ ਸਾਨੂੰ ਯੂ ਸਾਡੇ ਤਿੰਨੇ ਚੈਨਲਾਂ ਨੂੰ ਇੰਨੀ ਸਪੋਰਟ ਕਰ ਰਹੇ ਹੋਗੇ ਅਤੇ ਜਿਹਦੇ ਕਰਕੇ ਇਹ ਪੋਸੀਬਲ ਹੋਇਆ ਸਾਰਾ ਕੁਛ ਹੈ ਨਾ ਵੀ ਅਸੀਂ ਹਾਰਲੇ ਦੇ ਤਾਂ ਅਸੀਂ ਤਾਂ ਉਹੀ ਵੀ ਜੇ ਮੈਂ ਸੀਰੀਅਸਲੀ ਦੱਸਾਂ ਨਾ ਵੀ ਸਪਲੈਂਡਰ ਦੇ ਸਲੈਂਸਰ 'ਚ ਗਲੀਆਂ ਕੱਢ ਕੇ ਉਹ ਵਾਲੀ ਆਵਾਜ਼ ਦੇ ਫੀਲਿੰਗ ਲੈਣ ਵਾਲੇ ਸੀਗੇ ਅਤੇ ਸਿਟੀ ਅੰਡਰ ਦੇ ਦੂਸਰੇ ਸਲੈਂਸਰ ਲਾਉਣ ਵਾਲਿਆਂ 'ਚੋਂ ਮੈਂ ਠੀਕ ਹੈ ਕਰਿਜ਼ਮਾ ਮੈਂ ਸੋਚ ਰਿਹਾ ਸੀਗਾ ਵੀ ਕਰਿਜ਼ਮੇ ਦਾ ਨਾ ਮੈਂ ਸਲੈਂਸਰ ਚੇਂਜ ਕਰਕੇ ਆਹ ਵਾਲੀ ਫੀਲਿੰਗ ਲਵਾਂ ਮੈਂ ਤੁਸੀਂ ਸ਼ਾਇਦ ਵੀਡੀਓ 'ਚ ਵੀ ਤੁਹਾਡੇ ਯਾਦ ਹੋਵੇ ਮੈਂ ਜਦੋਂ ਲੁਧਿਆਣੇ ਗਿਆ ਸੀਗਾ ਉੱਥੇ ਮੈਂ ਸੋਚ ਰਿਹਾ ਸੀਗਾ ਕਰਿਜ਼ਮੇ ਦਾ ਸਲੈਂਸਰ ਚੇਂਜ ਕਰਕੇ ਮੈਂ ਆਹ ਵਾਲੀ ਫੀਲਿੰਗ ਲਵਾਂ
ਤੇ ਵੀ ਉਹਦੇ ਗੂੰ ਗੂੰ ਬਸ ਉਹ ਚੀਜ਼ ਕਰਾਂ ਤੇ ਉਹ ਚੀਜ਼ ਬਾਈ ਸੁਪਨਾ ਪੂਰਾ ਹੋਇਆ ਹੈਗਾ ਤੇ ਬਾਹਲੀ ਸਵਾਦ ਵਾਲੀ ਚੀਜ਼ ਹੈ ਵੀਰੇ ਮੈਂ ਵੀ ਮੈਂ ਇਹ ਚੀਜ਼ ਤੋਂ ਅੱਕ ਨਹੀਂ ਸਕਦਾ ਹੈਗਾ ਬਾਹਲੀ ਸਵਾਦ ਵਾਲੀ ਚੀਜ਼ ਹੈਗੀ ਤੇ ਅਸੀਂ ਨਜ਼ਾਰੇ ਆਉਂਦੇ ਰਹਿਣ ਬਾਈ ਅਤੇ ਅਸੀਂ ਹਾਰਡ ਵਰਕ ਕਰਦੇ ਰਹੀਏ ਹੁਣ ਸਾਲ ਦੇ ਵਿੱਚ ਤੁਸੀਂ ਦੇਖਿਆ ਹੀ ਹੈ ਦਿਨ ਰਾਤ ਹੈ ਨਾ ਜਿੰਨੀ ਕੁ ਮੈਂ ਮਿਹਨਤ ਕਰ ਸਕਦਾ ਸੀਗਾ ਉੰਨੀ ਕੁ ਮੈਂ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਆਉਣ ਵਾਲੇ ਸਾਲਾਂ 'ਚ ਵੀ ਬਾਈ ਉਮੀਦ ਹੈ ਵੀ ਇਸੇ ਜੋਸ਼ ਨਾਲ ਲੱਗੇ ਰਹਾਂਗੇ ਮੈਨੂੰ ਉਮੀਦ ਕਰਦਾ ਤੁਸੀਂ ਵੀ ਇਸੇ ਤਰੀਕੇ ਨਾਲ ਸਪੋਰਟ ਕਰਦੇ ਰਹੋਗੇ ਪਿਆਰ ਬਣਾਈ ਰੱਖੋਗੇ ਅਤੇ ਇਸੇ ਤਰੀਕੇ ਨਾਲ ਪਿਆਰ ਬਣਾਈ ਰੱਖੋ ਬਾਈ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਦਿਲੋਂ ਧੰਨਵਾਦ ਬਾਈ ਤੁਹਾਡਾ ਸਾਰਿਆਂ ਦਾ।